ਸਵਾਗਤ ਹੈ ਤੁਹਾਡਾ ਖਬਰਲਾਲ ਨਿਊਜ਼ ਚੈਨਲ ਵਿੱਚ। ਮੈਂ ਹਾਂ ਗੁਰਮੀਤ ਸਿੰਘ। ਦੋਸਤੋ ਪਹੁੰਚਿਆ ਸੀਪੀ ਦਫ਼ਤਰ ਲੁਧਿਆਣਾ ਵਿੱਚ, ਜਿੱਥੇ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਆਓ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕੀ ਕਹਿਣਾ ਹੈ ਇਸ ਮੰਗ ਪੱਤਰ ਵਿੱਚ। ਮੇਨ ਸਾਡਾ ਮਕਸਦ ਸੰਦੀਪ ਥਾਪਰ ਦੇ ਹਮਲਾਵਰ ਨੂੰ ਸਜ਼ਾ ਦਿਲਾਉਣਾ। ਉਹੀ ਸਾਡੇ ਸਾਰੇ ਲੁਧਿਆਣਾ ਸ਼ਹਿਰ ਦੇ ਕੀ ਪੰਜਾਬ ਦੇ ਸਮਸਤ ਹਿੰਦੂ ਸਮਾਜ ਦਾ ਇੱਕੋ ਇੱਕ ਮਕਸਦ ਹੈ। ਜਿਹੜੇ ਹਮਲਾਵਰ ਨੇ ਵਾਰ ਕੀਤਾ, ਸੰਦੀਪ ਥਾਪਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਜੇਲ੍ਹਾਂ ਦੀ ਸਲਾਖਾਂ ਤੱਕ ਪਹੁੰਚਾਉਣਾ, ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣਾ। ਇੱਕ ਦੂਜੀ ਗੱਲ ਸਾਡੀ ਸੀਗੀ ਵੀ ਮੁੱਖ ਜਿਹੜੀ ਸ਼ਿਕਾਇਤ ਹੈ ਸੰਦੀਪ ਥਾਪਰ ਵੱਲੋਂ ਪਰਚਾ ਦਰਜ ਕੀਤਾ ਗਿਆ ਹੋਵੇ। ਦੂਜੀ ਗੱਲ, ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਜ਼ਿੰਮੇਦਾਰੀਆਂ ਚੱਕ ਰਹੇ ਨੇ, ਅਸੀਂ ਕਰਾਤਾ, ਫਤਿਹ ਕਰਾਤਾ, ਜੱਗ ਉਹ ਆਈ ਹੈ, ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖਿਤ ਐਪਲੀਕੇਸ਼ਨ CP ਸਾਹਿਬ ਨੂੰ ਦੇ ਕੇ ਆਏ ਹਾਂ ਵੀ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਕਿਉਂਕਿ ਜੋ ਕੁਛ ਹੋਇਆ ਹਿੰਦੂ ਸਮਾਜ ਨੂੰ ਨੀਚਾ ਦਿਖਾਉਣ ਲਈ ਹੋਇਆ ਵੀ ਹਿੰਦੂਆਂ ਨੂੰ ਅਸੀਂ ਨੀਚੇ ਰਖਾਈਏ। ਇੱਕ ਪਾਸੇ ਸਾਨੂੰ ਕੁੱਟਿਆ ਵੀ ਜਾਵੇ ਵੀ ਅਸੀਂ ਹਿੰਦੂਆਂ ਨੂੰ ਮਾਰੀਏ ਵੀ, ਅਸੀਂ ਉਹਨਾਂ ਦਾ ਕਤਲ ਵੀ ਕਰ ਦਈਏ, ਪਰ ਹਿੰਦੂ ਸਮਾਜ ਸਾਡੇ ਅੱਗੇ ਬੋਲੇ ਵੀ ਨਾ, ਵੀ ਚੁੱਪ ਵੀ ਰਹੇ। ਇੱਕ ਪਾਸੇ ਕੁੱਟ ਵੀ ਖਾਈਏ, ਇੱਕ ਪਾਸੇ ਚੁੱਪ ਵੀ ਰਹੀਏ। ਐਸਾ ਕਰਨ ਦਾ ਪ੍ਰਯਾਸ ਕੀਤਾ ਗਿਆ, ਸਾਨੂੰ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਬਿਲਕੁਲ ਜਲਦੀ ਹੀ ਪੰਜਾਬ ਦੇ ਵਿੱਚ ਹਿੰਦੂ ਸੰਗਠਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ, ਉਸ ਤੋਂ ਬਾਅਦ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਲੁਧਿਆਣੇ ਵਿੱਚ। ਜਿਹੜੇ ਲੋਕ ਸੋਚਦੇ ਨੇ ਅਸੀਂ ਹਿੰਦੂਆਂ ਨੂੰ ਦੱਬ ਲਾਂਗੇ ਪੰਜਾਬ, ਜਿਹੜੇ ਲੋਕ ਸੋਚਦੇ ਨੇ ਅਸੀਂ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ, ਜਿਹੜੇ ਲੋਕ ਸੋਚਦੇ ਨੇ ਅਸੀਂ ਕਤਲੇਆਮ ਕਰਕੇ ਕਿਰਪਾਨਾਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ, ਉਹਨਾਂ ਨੂੰ ਜਵਾਬ ਦੇਣ ਲਈ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ। ਟੀਮਾਂ ਲਾਈਆਂ ਹੋਈਆਂ, ਦੇਖਦੇ ਰਿਜ਼ਲਟ ਕਦੋਂ ਆਉਂਦਾ। ਆਸ਼ਵਾਸਨ ਹੈ ਜਦ ਤੱਕ ਮੁਲਜ਼ਮਾਂ ਨੂੰ ਸਜ਼ਾ ਨਹੀਂ ਹੁੰਦੀਆਂ, ਜਦ ਤੱਕ ਮੁਜਰਾਂ ਨੂੰ ਕੌਣ ਸਜ਼ਾ ਦੇ ਕੇ ਜੇਲ੍ਹ ਦੇ ਅੰਦਰ ਨਹੀਂ ਸੁੱਟ ਦਿੰਦਾ, ਜਦ ਤੱਕ ਜਿਹੜੇ ਲੋਕ ਬੋਲਦੇ ਨੇ ਸੋਸ਼ਲ ਮੀਡੀਆ 'ਤੇ ਅਸੀਂ ਜ਼ਿੰਮੇਦਾਰੀ, ਜਦ ਤੱਕ ਉਹਨਾਂ ਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ, ਉਹਨਾਂ ਦੋਸ਼ੀਆਂ ਦੇ ਖਿਲਾਫ਼ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਆ ਕੇ ਬਕਵਾਸ ਕਰਦੇ ਨੇ, ਫਾਲਤੂ ਬੋਲਦੇ ਨੇ, ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਜਦ ਤੱਕ ਉਹਨਾਂ ਲੋਕਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਨਹੀਂ ਹੁੰਦਾ, ਹਿੰਦੂ ਸੰਗਠਨ, ਹਿੰਦੂ ਸਮਾਜ, ਸ਼ਹਿਰ ਵਾਸੀ, ਪੰਜਾਬ ਵਾਸੀ ਚੁੱਪ ਨਹੀਂ ਰਹਿਣਗੇ। ਬਿਲਕੁਲ ਜਿਹੜੇ ਲੋਕ ਸੋਚਦੇ ਨੇ ਵੀ ਸਾਨੂੰ ਗੋਲੀ ਮਾਰ ਕੇ ਡਰਾ ਲੈਣਗੇ, ਜਿਹੜੇ ਲੋਕ ਸੋਚਦੇ ਨੇ ਅਸੀਂ ਥਾਪਰ ਦੇ ਕਿਰਪਾਨਾਂ ਮਾਰੇ ਕਤਲੇਆਮ ਹਮਲੇ ਕਰਕੇ ਸਾਨੂੰ ਡਰਾ ਲੈਣਗੇ, ਅਸੀਂ ਸਾਫ਼ ਕਹਿਣਾ ਚਾਹੁੰਦੇ ਵੀ ਹਿੰਦੂ ਡਰਨ ਵਾਲਾ ਨਹੀਂ। ਹਿੰਦੂ ਹੈ ਤਾਂ ਪੰਜਾਬ ਹੈ, ਮੈਂ ਸਾਫ਼ ਕਹਿਣਾ ਚਾਹਾਂਗਾ, ਹਿੰਦੂ ਹੈ ਤਾਂ ਪੰਜਾਬ ਹੈ। ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਸਮਸਤ ਹਿੰਦੂ ਸੰਗਠਨ, ਸਾਰਾ ਪੰਜਾਬ ਦਾ ਸਨਾਤਨ ਧਰਮ ਦੇ ਲੋਕ, ਆਮ ਆਦਮੀ ਪਾਰਟੀ ਦੇ MP ਬਿਕਰਮਜੀਤ ਸਿੰਘ ਸਾਹਨੀ ਆਪਣੀ ਪੋਸਟ ਪਾਉਂਦੇ ਐਕਸ 'ਤੇ, ਉਹ ਕਹਿੰਦੇ ਨੇ ਕਿ ਇਹ ਜਿਹੜੇ ਹੈ ਉਹ ਹੇਟ ਸਪੀਚ ਕਰਦੇ ਨੇ, ਭੜਕਾਉਂਦੇ ਨੇ, ਸਿੱਖ ਭਾਵਨਾਵਾਂ ਨੂੰ ਢਾਲਦੇ ਨੇ, ਸਪੀਚ ਕਰਦੇ ਨੇ। ਮੈਂ ਇਹ ਗੱਲ ਦੱਸਾਂ, ਸ਼ਿਵ ਸੈਨਿਕ ਜਿਹੜਾ ਹੈਗਾ ਜਾਂ ਹਿੰਦੂ ਧਰਮ ਦਾ ਲੋਕ ਜਿਹੜੇ ਵਿਅਕਤੀ ਨੇ, ਸੱਚ ਨੂੰ ਸੱਚ ਕਹਿੰਦੇ ਆ, ਸੱਚ ਨੂੰ ਸੱਚ ਕਹਿੰਦੇ ਆ, ਅੱਤਵਾਦੀ ਨੂੰ ਅੱਤਵਾਦੀ ਕਹਿੰਦੇ ਆ, ਇਹਨਾਂ ਦੀ ਤਰ੍ਹਾਂ ਹੀਰੋ ਨਹੀਂ ਬਣਾਉਂਦੇ। ਸਾਨੀ ਨੂੰ ਤਾਂ ਲੱਗਦਾ ਗੱਲਾਂ ਬਹਿ ਕੇ ਨਾ ਗੱਲਾਂ ਕਰਨੀਆਂ ਬਹੁਤ ਆਉਂਦੀਆਂ, ਠੀਕ ਹੈ ਨੀ। ਅਸੀਂ ਸੱਚ ਨੂੰ ਸੱਚ ਕਹਿੰਦੇ ਹਾਂ, ਅਗਰ ਸਾਡਾ ਵੀ ਕੋਈ ਬੰਦਾ ਗਲਤ ਹੁੰਦਾ ਅਸੀਂ ਉਹਨੂੰ ਵੀ ਗਲਤ ਕਹਿੰਦੇ ਹਾਂ। ਇਹ ਲੋਕ ਅੱਤਵਾਦੀਆਂ ਨੂੰ ਹੀਰੋ ਬਣਾਉਂਦੇ ਨੇ, ਕੀ ਦੱਸਦੇ ਨੇ, ਅੱਤਵਾਦੀਆਂ ਨੂੰ ਹੀਰੋ ਦੱਸਦੇ ਨੇ। ਇਹਨਾਂ ਲਈ ਜਗਤਾਰ ਸਿੰਘ ਹਵਾਰਾ ਹੀਰੋ ਹੋ ਸਕਦਾ, ਜਿਹਨੇ ਬੰਬ ਦੇ ਨਾਲ ਕਤਲੇਆਮ ਕੀਤਾ, ਸਾਡੇ ਲਈ ਨਹੀਂ ਹੋ ਸਕਦਾ। ਅਸੀਂ ਸਾਫ਼ ਕਹਿੰਦੇ, ਅਸੀਂ ਲੋਕ ਦੇਸ਼ ਪ੍ਰੇਮੀ ਹਾਂ, ਪੰਜਾਬ ਪ੍ਰੇਮੀ ਹਾਂ, ਧਰਮ ਪ੍ਰੇਮੀ ਹਾਂ, ਸ਼ਾਂਤੀ ਪ੍ਰਿਯ ਲੋਕ ਹਾਂ। ਅਗਰ ਸਾਡੇ ਨਾਲ ਧੱਕਾ ਕੀਤਾ ਜਾਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਕਮਿਸ਼ਨਰ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਦੇ ਜਿਹੜੇ ਅੱਗੇ ਇੱਦਾਂ ਦੀ ਕੋਈ ਪੇਸ਼ ਪਾਊਗਾ, ਬਿਲਕੁਲ ਅਸੀਂ ਉਹੀ ਕੰਪਲੇਂਟ ਦੇ ਕੇ ਆਏ ਹਾਂ ਵੀ ਜਿਨ੍ਹਾਂ ਨੇ ਥਾਪਰ ਦੇ ਹਮਲੇ ਤੋਂ ਬਾਅਦ ਜ਼ਿੰਮੇਵਾਰੀ ਲਿੱਤੀਆਂ ਉਹਨਾਂ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ? ਸਰ ਹੁਣ ਅੰਦਰ ਗੱਲਬਾਤ ਕੀ ਹੋਈ ਹੈ, ਹੋਰ ਗੱਲਬਾਤ ਕੀ ਹੋਈ ਹੈ ਤੁਹਾਡੇ ਅੰਦਰ? ਵਾਹੀ ਗੱਲ ਵੀ ਸਮਾਜ ਨੂੰ ਸੁਰੱਖਿਅਤ ਕੀਤਾ ਜਾਵੇ, ਜਿਹੜੇ ਲੋਕ ਨਿਹੰਗ ਬਾਣੇ 'ਚ ਫਿਰਦੇ ਨੇ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਜਿਹੜੇ ਲੋਕ ਦੋਸ਼ੀ ਨੇ। ਗੁਰੂ ਦਾ ਬਾਣਾ, ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਨਾ, ਜਦੋਂ ਸੰਦੀਪ ਥਾਪਰ ਨੂੰ ਰੋਕਿਆ ਗਿਆ, ਗੁਰੂ ਥਾਪਰ ਸਾਹਿਬ ਨੇ ਕੀਤਾ ਵੀ ਗੁਰੂ ਦੇ ਬਾਣੇ ਨੂੰ ਦੇਖ ਕੇ ਨਮਸਕਾਰ ਕੀਤਾ, ਪਰ ਜਿਹੜੇ ਨਕਲੀ ਸਿੰਘ ਸੀਗੇ, ਨਕਲੀ ਸੀਗੇ, ਨਕਲੀ ਨਿਹੰਗ ਸੀ ਨਾ, ਉਹ ਨਸ਼ੇੜੀ ਸੀਗੇ, ਚੋਰ ਸੀਗੇ, ਚੋਰੀਆਂ ਦੇ ਪਰਚੇ ਨੇ, ਨਸ਼ਾ ਲੈਂਦੇ ਨੇ, ਨਸ਼ਾ ਕਰਦੇ ਨੇ 24 ਘੰਟੇ, ਉਹਨਾਂ ਲੋਕਾਂ ਨੇ ਸੰਦੀਪ ਥਾਪਰ 'ਤੇ ਕਤਲੇਆਮ ਹਮਲਾ ਕੀਤਾ।
ਕਿਉਂ ਕੀਤਾ? ਕਿਉਂਕਿ ਦੁਕਾਨਾਂ ਖੁੱਲ੍ਹ ਚੁੱਕੀਆਂ ਨੇ, ਇਹ ਵੀ ਕਿ ਦੁਕਾਨਾਂ ਖੁੱਲ੍ਹ ਚੁੱਕੀਆਂ ਵੀ ਕਿਸੇ ਹਿੰਦੂ ਲੀਡਰ ਨੂੰ ਮਾਰ ਦਿਓ, ਪਿੱਛੋਂ ਸਾਡੀਆਂ ਤਨਖਾਹਾਂ ਸ਼ੁਰੂ ਹੋ ਜਾਂਦੀਆਂ, ਉਹਨਾਂ ਦੇ ਘਰ ਰੋਟੀ ਨਹੀਂ ਮਿਲਦੀ, ਪੈਰ 'ਚ ਪਾਉਣ ਨੂੰ ਚੱਪਲ ਸੀ, ਤੁਸੀਂ ਵੀਡੀਓ ਦੇਖੋ, ਇੱਕ ਨਿਹੰਗ ਦੇ ਪੈਰ 'ਚ ਚੱਪਲ ਨਹੀਂ ਪਾਈ ਸੀ, ਉਹ ਕਹਿੰਦੇ ਸਾਡਾ ਹੀਰੋ ਹੀਰੋ ਸੀਗਾ, ਜਿਹੜੇ ਲੋਕ ਕਹਿੰਦੇ ਨੇ ਉਹਨਾਂ ਦੇ ਘਰੇ ਰੋਟੀ ਪਾ ਦਿੰਦੇ, ਉਹਨਾਂ ਦਾ ਰੋਟੀ ਲਈ ਡਰਾਮਾ ਕੀਤਾ ਜੋ ਸਾਨੂੰ ਲੱਗਦਾ। ਥਾਪਰ ਸਾਹਿਬ ਦੀ ਹੁਣ ਹਾਲਤ ਕਿਸ ਤਰ੍ਹਾਂ? ਸੀਰੀਅਸ ਆ, ਜਦ ਤੱਕ ਮੈਂ ਸਿੱਧੀ ਗੱਲ ਕਹਾਂ, ਸਿਰ 'ਤੇ ਖਤਰਨਾਕ ਸੱਟਾਂ ਇਹਨੇ ਮਾਰੀਆਂ ਗਈਆਂ ਨੇ, ਲੱਤਾਂ ਬਾਹਾਂ ਪ੍ਰੋਪਰ ਸੱਟਾਂ ਮਾਰੀਆਂ ਗਈਆਂ ਨੇ, ਜਦ ਤੱਕ ਸੰਦੀਪ ਥਾਪਰ ਜੀ ਘਰ ਨਹੀਂ ਆ ਜਾਂਦੇ, ਜਦ ਤੱਕ ਮਹੀਨਾ ਤੋਂ ਮਹੀਨੇ ਲਿਖਦੇ, ਮੈਂ ਨਹੀਂ ਸਮਝਦਾ ਵੀ ਥਾਪਰ ਸਾਹਿਬ। ਸੋ ਦੋਸਤੋ, ਗੱਲਬਾਤ ਕੀਤੀ ਰਾਜੀਵ ਟੰਡਨ ਜੀ ਨਾਲ, ਜੋ ਸਿਵ ਸੈਨਾ ਦੇ ਆਗੂ, ਜਿਨ੍ਹਾਂ ਦੱਸਿਆ ਕਿ ਸੀ ਪੀ ਦਫ਼ਤਰੋਂ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਕਿਹਾ ਗਿਆ ਕਿ ਜੋ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀਆਂ ਖਬਰਾਂ ਫੈਲਾਉਂਦੇ ਨੇ, ਜੋ ਜ਼ਿੰਮੇਵਾਰੀ ਲੈਂਦੇ ਨੇ ਉਹਨਾਂ 'ਤੇ ਵੀ ਪਰਚੇ ਹੋਣੇ ਚਾਹੀਦੇ ਨੇ। ਸੋ ਦੋਸਤੋ, ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਆਉਂਦੇ ਰਹਾਂਗੇ, ਦੇਖਦੇ ਰਹੋ ਖਬਰਲਾ ਟੀ ਵੀ। ਕੈਮਰਾਮੈਨ ਵੱਲੋਂ ਦੇ ਨਾਲ ਮੈਂ ਗੁਰਮੀਤ ਸਿੰਘ।